ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਤੁਹਾਨੂੰ ਦੱਸਦੇ ਹਾਂ ਵੀ ਕੀ ਪ੍ਰੋਬਲਮ ਪੈ ਰੱਖੀ ਆ ਹੁਣ। ਜਿਹੜਾ ਅਸੀਂ ਸਮਾਨ ਮਤਲਬ ਰੱਖਦੇ ਹਾਂ ਯਾਰਡ ਦੇ ਵਿੱਚ, ਮਤਲਬ ਬੇਸਿਕਲੀ ਸਮਾਨ ਜਿਹੜਾ ਹੁੰਦਾ ਜੋਬਾਂ 'ਤੇ ਲੱਗਿਆ ਹੁੰਦਾ, ਜਿਹੜਾ ਵਾਧੂ ਘਾਟੂ ਸਮਾਨ ਹੁੰਦਾ ਵਾ, ਉਹਦੇ ਲਈ ਇੱਕ ਜਗ੍ਹਾ ਲੈਣੀ ਪੈਂਦੀ ਆ। ਉੱਥੇ ਤੁਸੀਂ ਸਮਾਨ ਰੱਖ ਸਕਦੇ ਹੋ, ਰੈਂਟ ਪੇ ਕਰੋ ਉਹ ਜਗ੍ਹਾ ਦਾ। ਸੋ ਜਿਹੜਾ ਜਗ੍ਹਾ ਸੀਗੀ ਪਹਿਲਾਂ ਸਾਡੇ ਕੋਲ, ਉਹ ਹੁਣ ਮਤਲਬ ਉਹਨਾਂ ਨੇ ਵੇਚਤੀ ਆ। ਸਾਨੂੰ ਮਹੀਨੇ ਦਾ ਨੋਟਿਸ ਦਿੱਤਾ ਆ, ਟਰਾਈ ਕੀਤਾ ਸੀ ਮਹੀਨੇ ਦੇ ਵਿੱਚ, ਸਾਨੂੰ ਕੋਈ ਯਾਰਡ ਲੱਭਿਆ ਨਹੀਂ ਹੈ ਕਿਉਂਕਿ ਹੁਣ ਬਹੁਤ ਔਖਾ ਹੋ ਗਿਆ ਲੰਡਨ ਦੇ, ਮਤਲਬ ਲੰਡਨ ਤੋਂ ਬਾਹਰ ਮਿਲ ਰਹੇ ਆ ਯਾਰਡ, ਕੋਈ ਲੱਗ ਵਿੱਚ ਨਹੀਂ ਮਿਲ ਰਿਹਾ ਹੈਗਾ। ਸੋ ਟਰਾਈ ਕਰ ਰਹੇ ਹਾਂ ਵੀ ਲੱਭੇ ਯਾਰਡ, ਪਰ ਜਿੰਨਾ ਟਾਈਮ ਹੁਣ ਲੱਭਦਾ ਨਹੀਂ ਆ, 3-4 ਦਿਨ ਰਹਿ ਗਿਆ, ਅਤੇ ਇੰਨਾ ਟਾਈਮ ਸਾਡੇ ਕੋਲ ਇਹ ਆ ਵੀ ਹੁਣ ਚਲੋ ਗਾਰਡਨ ਦੇ ਵਿੱਚ ਸਮਾਨ ਸਿੱਟਾਂਗੇ ਘਰ ਦੇ ਪਿੱਛੇ, ਅਤੇ ਦਿਖਾਵਾਂਗੇ ਤੁਹਾਨੂੰ ਵੀ ਕਿੱਦਾਂ ਸਮਾਨ ਮੂਵ ਕਰੀਦਾ, ਕਿਉਂਕਿ ਬਹੁਤ ਔਖੀ ਚੀਜ਼ ਆ ਸਮਾਨ ਮੂਵ ਕਰਨਾ। ਕਿਉਂਕਿ ਯਾਰਡ ਦੇ ਵਿੱਚ ਪਹਿਲਾਂ ਹੀ ਸ਼ੈੱਡ ਸ਼ੁੱਡ ਵੀ ਪਾ ਰੱਖਿਆ ਆ, ਜਾਂ ਹੋਰ ਉਹ ਮੰਜਾ ਜਿਹਾ ਬਣਾ ਰੱਖਿਆ ਸੀਗਾ ਜਿਹਦੇ 'ਤੇ ਪੈਪ ਆਪਾਂ ਮਤਲਬ ਰੱਖਦੇ ਹਾਂ, ਸਾਰੇ ਰੈਕ ਬਣਾ ਰੱਖੇ ਸੀਗੇ, ਉਹ ਸਾਰਾ ਸਿਸਟਮ ਖੋਲ੍ਹਣਾ ਪੈਣਾ ਹੁਣ। ਫਿਰ ਇੱਕ ਗਾਰਡਨ ਦੀ ਜਿਹੜੀ ਜਗ੍ਹਾ ਆ ਉਹ ਵੀ ਬਹੁਤ ਐਲੀਵੇ ਜਾਂਦਾ ਛੋਟਾ ਜਿਹਾ, ਉੱਥੋਂ ਦੀ ਸਮਾਨ ਮੂਵ ਕਰਨਾ ਆ, ਅਤੇ ਕਿਉਂਕਿ ਲੈਂਥਾਂ ਬਹੁਤ ਲੰਬੀਆਂ ਹੁੰਦੀਆਂ ਆ, ਸੋ ਉਹਦੇ ਕਰਕੇ ਸਮਾਨ ਥੋੜ੍ਹਾ ਕੱਢਣਾ ਔਖਾ ਆ ਪਿੱਛੇ। ਬਾਕੀ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਨਿਕਲਦਾ ਸਮਾਨ। ਓਕੇ, ਗਾਰਡ ਦਾ ਸਾਡਾ ਕੋਈ ਹਲੇ ਬਣਿਆ ਨਹੀਂ ਹੈਗਾ, ਦੇਖਣਾ ਆ ਕੱਲ ਯਾਰ 1-2 ਦਿਨਾਂ ਦੇ ਵਿੱਚ। ਜਗਜੀਤ ਸਿੰਘ ਤੋਂ ਹਾਲ ਪੁੱਛੋ, ਕਿੱਦਾਂ ਫੀਲ ਕਰ ਰਹੇ ਜਗਜੀਤ ਸਿੰਘ? ਬਹੁਤ ਪੱਕਾ ਯਾਰ, ਆ ਇੱਦਾਂ ਐਲੀਵੇ ਵੀ ਦੀ ਅਸੀਂ ਸਮਾਨ ਅੱਜ ਕੱਢ ਕੇ ਅਤੇ ਪਿੱਛੇ ਸੈੱਟ ਕਰਕੇ ਰੱਖਣਾ ਆ। ਫਿਲਹਾਲ ਉਹਨਾਂ ਟਾਈਮ ਘਰ ਰੱਖਣਾ ਪੈਣਾ ਜਿੰਨਾ ਟਾਈਮ ਯਾਰਡ ਨਹੀਂ ਮਿਲਦਾ। ਆ ਦੇਖ ਲਓ, ਫੱਟੇ ਫੁੱਟੇ ਲਾ ਤੇ ਉੱਤੇ, ਪਿੱਕ ਮੁੱਕ ਲਾ ਕੇ ਫਿਰ ਜਿਹੜਾ ਯਾਰਡ ਆ ਉੱਥੋਂ ਸਮਾਨ ਚੱਕ ਕੇ ਅੱਜ ਅਤੇ ਰੱਖਾਂਗੇ ਯਾਰਡ ਦੇ ਵਿੱਚ। ਉਹ ਇੱਦਾਂ ਆ, ਆ ਦੇਖੋ ਕਿੱਦਾਂ ਮਿਹਨਤਾਂ ਹੁੰਦੀਆਂ ਵਾ। 35-40 ਕਿਲੋ ਦਾ ਪੈਪ ਆ, 21 ਫੁੱਟ ਦਾ, ਮੋਢੇ 'ਤੇ ਲਿਜਾਣੇ ਪੈਂਦੇ ਆ। ਆ ਦੇਖੋ ਜਗਜੀਤ ਸਿੰਘ ਜਾਂਦਾ ਚੋਬਰ ਵੇਲ। ਹਾਂਜੀ, ਜਿੱਦਾਂ ਆਹ ਵਰਕਸ਼ਾਪ ਸੀਗੀ, ਇਹ ਵੀ ਚੱਕੀ ਜਾਣੀ ਹੈ ਇੱਥੋਂ। ਸਾਰਾ ਯਾਰਡ ਆ ਦੇਖ ਸਕਦੇ ਤੁਸੀਂ, ਸਮਾਨ ਰੱਖਿਆ ਸੀਗਾ ਸਾਹਮਣੇ ਵੀ, ਇੱਕ ਸਕੈਫੋਲਡਰ ਸੀਗਾ ਉਹ ਸਾਹਮਣੇ, ਆ ਉਹ ਸਾਡਾ ਯਾਰਡ ਆ, ਆਹ ਇੱਕ ਹੋਰ ਆ ਆਪਣਾ ਪੰਜਾਬੀ ਵੀਰ ਹੀ ਆ ਯਾਰਡ ਆ, ਇਹ ਵੀ ਚੱਕ ਰਹੇ ਸਮਾਨ, ਇਹਨਾਂ ਦਾ ਤਾਂ ਹੋ ਗਿਆ ਆਲਮੋਸਟ ਕਲੀਅਰ। ਸੋ ਬਸ ਲੱਗੇ ਹਾਂ। ਸ਼ੈੱਡ ਪਾਇਆ ਸੀਗਾ ਅਸੀਂ, ਸ਼ੈੱਡ ਸ਼ੁੱਡ ਉਤਾਰਤਾ ਆ, ਥੱਲੇ ਫੱਟੇ ਰੱਖੇ ਸੀਗੇ, ਅਤੇ ਇਹ ਵੀ ਖੋਲ੍ਹਣਾ ਹਾਲੇ। ਆ ਫੱਟੇ, ਆ ਸ਼ੀਟਾਂ ਜਾਣੀਆਂ ਹਾਲੇ, ਰੈਕ ਰੂਕ ਖੋਲ੍ਹਾਂਗੇ ਬਾਅਦ 'ਚ, ਅਤੇ ਦੇਖ ਲਓ ਆ ਗਏ ਆ। ਇੱਦਾਂ ਆਉਂਦੇ ਆ ਇਹ, ਗੋਜੀ ਰੰਗੀ ਪੈਂਟ ਪਾ ਕੇ, ਹੱਥ 'ਚ ਝੋਲਾ। ਕਿੱਥੇ ਚੱਲੇ ਜੇ? ਚਲੋ ਕਰਦੇ ਗੱਲਬਾਤ ਫਿਰ। ਬ੍ਰਿਜ ਲਿਆਉਂਦੇ ਆ ਹੁਣ, ਬ੍ਰਿਜ ਲੋਡ ਕਰ ਰਹੇ ਹਾਂ। ਆ ਦੇਖ ਲਓ ਜਗਜੀਤ ਸਿੰਘ, ਹੈਂ ਸਮਾਨ ਢੋਣਾ ਸੌਖਾ ਥੋੜ੍ਹਾ, ਇੱਥੋਂ ਫਿਰ ਚੱਕ ਕੇ ਜਦੋਂ ਯਾਰਡ ਲਿਆ ਹੁਣ, ਯਾਰਡ ਦੇਖ ਰਹੇ ਹਾਂ ਅਤੇ ਫਿਰ ਮੂਵ ਕਰਾਂਗੇ। ਆ ਲਓ ਇੰਡੀਆ 'ਚ ਕਹਿੰਦੇ ਆ ਬਾਹਰ ਜਾਵਾਂਗੇ, ਬਾਹਰ ਜਾ ਕੇ ਨੋਟ ਕਮਾਵਾਂਗੇ। ਨੋਟ ਜ਼ਰੂਰ ਹੈਗੇ ਆ, ਪਰ ਨੋਟਾਂ ਦੇ ਪਿੱਛੇ ਜਿਹੜਾ ਰਾਜ ਆ ਉਹ ਆਹ ਆ, ਇੱਦਾਂ ਕਰਨਾ ਪੈਂਦਾ ਕੰਮ ਵੀਰ। ਮੀਂਹ ਹਨੇਰੀ ਜੋ ਮਰਜ਼ੀ ਚੱਲੇ, ਨੋਟ ਜ਼ਰੂਰ ਬਣਦੇ ਆ, ਇਹ ਗੱਲ ਮੰਨਦੇ ਹਾਂ। ਆਖਰੀ ਦਿਨ ਯਾਰਡ ਦੇ ਵਿੱਚ ਅੱਜ ਸ਼ਾਮ ਦੇ 5 ਵਜੇ ਤੱਕ ਕਿਹਾ ਉਹਨਾਂ ਨੇ ਵੀ ਸਮਾਨ ਖਾਲੀ ਕਰ ਦਿਓ, ਉਸ ਤੋਂ ਬਾਅਦ ਨੋ ਐਂਟਰੀ ਹੈ ਇੱਥੇ।
ਅੱਜ ਫਿਰ ਬੰਦੇ ਥੋੜ੍ਹੇ ਜ਼ਿਆਦਾ ਲਿਆ ਗਏ ਸਾਰਾ ਚੱਕ ਦੇਣਾ ਅੱਜ ਹਾਂ ਸਿੰਘ ਸਾਹਿਬ ਦੇਖੋ ਤਰਨ ਤਾਰਨ ਜ਼ਿਲ੍ਹੇ ਦੇ ਆ ਇਹ ਮੁੰਡਾ ਜ਼ਿਲ੍ਹਾ ਫਰੀਦਕੋਟ ਆਹ ਕਮਾਈ ਕਰਨ ਇੰਗਲੈਂਡ ਪਿੰਡ ਡਡਿਆਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਾਂ ਬਾਈ ਲੋਡ ਲਾ ਕੇ ਆਉਂਦਾ ਇੱਕ ਤਾਂ ਮੁੰਡਿਆਂ ਦੇ ਬਸ ਮੰਜਾ ਰਹਿ ਗਿਆ ਫੁੱਲਾਂ ਵਾਲਾ ਲੋਡ ਕਰੀ ਜਾਂਦੇ ਇੱਧਰ ਵੇਖੋ ਜਗਜੀਤ ਸਿੰਘ ਮੀਂਹ ਪੈਂਦੇ ਚ ਵੇਖੋ ਗਰਾਂ ਦੀ ਮੀਂਹ ਜੇ ਡੜੇ ਹੋਏ ਜਵਾਨ ਆਹੋ ਅੱਜ ਤਾਂ ਬੱਸ ਹੋ ਗਈ ਬਾਈ ਜੀ ਮੀਂਹ ਫੁੱਲ ਆ ਅਤੇ ਯਾਰਡ ਅੱਜ ਕਰਨਾ ਆ ਖਤਮ ਪੂਰਾ ਕੰਮ ਮਤਲਬ ਮੀਂਹ 'ਚ ਬਹੁਤ ਔਖਾ ਬਾਈ ਠੰਡ ਦਾ ਟਾਈਮ ਸਿੰਘ ਸਾਹਿਬ ਨੂੰ ਪੁੱਛੂ ਕੀ ਕਹਿਣਾ ਚਾਹੋਗੇ ਸਿੰਘ ਸਾਹਿਬ ਮੀਂਹ ਬਾਰੇ ਮੀਂਹ ਬਹੁਤ ਹੀ ਅੱਛਾ ਜ਼ਿਆਦਾ ਵੈਦਰ ਆ ਮੀਂਹ ਬਾਰੇ ਕੋਈ ਵਿਚਾਰ ਨਹੀਂ ਚਲੋ ਸਮਾਨ ਹਾਲੇ ਸਾਡੇ ਲੱਗਣੇ ਗੇੜੇ ਆ ਲਾਉਣ ਚੱਲੇ ਆ ਇੱਕ ਗੇੜਾ ਹੋਰ ਤੇ ਭਰ ਲਿਆ ਵਾ ਕਿੱਧਰ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ